संगत जी, वाहिगुरु जी का खालसा, वाहिगुरु जी की फतेह। आओ गुरबाणी सीखिए। अज दे इस प्रोग्राम दे विच मैं आप जी दे नाल गुरबाणी दे उच्चारण दे संबंध विच जानकारी सांझी नहीं करन जा रहे, बल्कि अज दे इस प्रोग्राम दा जिहड़ा विशा है वो विशा है भी जदों असीं गुरु घर जांदे हाँ ਤੇ ਗੁਰੂ ਘਰ ਜਾਣ ਲੱਗਿਆਂ ਸਾਡਾ ਪਹਿਰਾਵਾ ਕਿਸ ਢੰਗ ਤਰੀਕੇ ਦਾ ਹੋਣਾ ਚਾਹੀਦਾ ਹੈ। ਸੰਗਤ ਜੀ, ਇਹਨੂੰ ਬਹੁਤ ਧਿਆਨ ਦੇ ਕੇ ਬੇਨਤੀ ਕਰਨਾ ਚਾਹਾਂਗਾ, ਆਪ ਵੀ ਸੁਣਿਓ ਅਤੇ ਅੱਗੇ ਤੋਂ ਅੱਗੇ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਇਹ ਜਿਹੜੀ ਜਾਣਕਾਰੀ ਆ ਇਹ ਸਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਆ। ਸੰਗਤ ਜੀ, ਤੁਸੀਂ ਗੌਰ ਕੀਤਾ ਹੋਣਾ ਵੀ ਕਈ ਗੁਰਦੁਆਰੇ ਸੇਵਾਨਾਂ ਦੇ ਵਿੱਚ ਨਾ ਬਕਾਇਦਾ ਲਿਖ ਕੇ ਇਹ ਲਗਾਇਆ ਹੁੰਦਾ, ਆ ਜੋ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋ, ਵੀ ਜਦੋਂ ਕੋਈ ਗੁਰਦੁਆਰਾ ਸਾਹਿਬ ਆਵੇ ਤੇ ਗੁਰਦੁਆਰਾ ਸਾਹਿਬ ਆਉਣ ਲੱਗਿਆਂ ਜਿਹੜੇ ਸੱਜਣ ਸਿਰ ਤੋਂ ਮੋਨੇ ਹੁੰਦੇ ਆ ਉਹ ਸਿਰ ਦੇ ਉੱਤੇ ਟੋਪੀ ਨਾ ਪਹਿਨਣ। ਕਈ ਤਾਂ ਸਾਡੇ ਸਰਦਾਰ ਭਾਈ ਵੀ ਉਹ ਵੀ ਆਪਣੇ ਕੇਸਾਂ ਦੀਆਂ ਮਿੰਡੀਆਂ ਗੁੰਦ ਕੇ ਨਾ ਜੀ ਤੇ ਸਿਰ ਦੇ ਉੱਪਰ ਟੋਪੀ ਪਹਿਨ ਲੈਂਦੇ ਆ, ਤੇ ਗੁਰਦੁਆਰਾ ਸਾਹਿਬ ਵਿੱਚ ਲਿਖ ਕੇ ਵੀ ਲਗਾਇਆ ਹੈ ਪ੍ਰਬੰਧਕਾਂ ਨੇ ਵੀ ਸਿਰ ਦੇ ਉੱਤੇ ਟੋਪੀ ਪਹਿਣ ਕੇ ਗੁਰੂ ਘਰ ਨਾ ਆਓ। ਹੁਣ ਟੋਪੀ ਪਹਿਣ ਕੇ ਗੁਰੂ ਘਰ ਦੇ ਵਿੱਚ ਕਿਉਂ ਨਹੀਂ ਆਉਣਾ ਚਾਹੀਦਾ? ਸੰਗਤ ਜੀ, ਇਹ ਜਿਹੜੀਆਂ ਗੱਲਾਂ ਨੇ ਨਾ ਇਹ ਸਾਨੂੰ ਕਈ ਸਾਲ ਪਹਿਲਾਂ ਤੋਂ ਹੀ ਸਾਡੇ ਗੁਰੂ ਸਾਹਿਬਾਨਾਂ ਦੇ ਵੇਲੇ ਤੋਂ ਹੀ ਸਾਡੇ ਸਿੱਖਾਂ ਦੇ ਵਿੱਚ ਐਸੀਆਂ ਗੱਲਾਂ ਦਾ ਜਿਹੜਾ ਉਹ ਪ੍ਰਚਾਰ ਕੀਤਾ ਜਾ ਚੁੱਕਾ ਹੈ ਵੀ ਜਦੋਂ ਅਸੀਂ ਗੁਰੂ ਘਰ ਚ ਹੋਣਾ ਸਾਡਾ ਪਹਿਰਾਵਾ ਕਿੱਦਾਂ ਦਾ ਹੋਣਾ ਚਾਹੀਦਾ। ਸਾਡੇ ਗੁਰੂ ਪਾਤਸ਼ਾਹਾਂ ਨੇ ਵੀ ਆਪਣੇ ਜੀਵਨ ਕਾਲ ਦੇ ਸਮੇਂ ਦੌਰਾਨ ਸੰਗਤ ਵਿੱਚ ਐਸੇ ਪ੍ਰਚਾਰ ਉਹ ਕਰਦੇ ਰਹਿੰਦੇ ਸੀ। ਹੁਣ ਜਦੋਂ ਰਹਿਤਨਾਮੇ ਪੜ੍ਹਦੇ ਹੋ, ਰਹਿਤਨਾਮਿਆਂ ਵਿੱਚ ਇੱਕ ਜਗ੍ਹਾ ਜ਼ਿਕਰ ਹੁੰਦਾ ਵੀ ਜੋ ਸਿੱਖ ਹੋਏ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੈ। ਵੀ ਸਾਡੇ ਵਿੱਚ ਮਹਾਰਾਜ ਜੀ ਅਵੇਅਰਨੈਸ ਲੈ ਕੇ ਆਉਣਾ ਚਾਹੁੰਦੇ ਆ। ਪੁਰਾਤਨ ਗੁਰਸਿੱਖਾਂ ਦੇ ਜਿਹੜੇ ਰਹਿਤਨਾਮੇ ਆ ਉਹ ਇਸ ਗੱਲ ਵਾਸਤੇ ਹੀ ਆ ਵੀ ਅਸੀਂ ਆਲਸੀ ਨਾ ਹੋਈਏ। ਹੁਣ ਟੋਪੀ ਨਾ ਰੱਖਣ ਦੀ ਕੀ ਵਜ੍ਹਾ ਵੀ ਨਾ ਲੈ ਕੇ ਆਓ? ਇਹ ਇਸ ਵਜ੍ਹਾ ਦੇ ਨਾਲ ਵੀ ਅਸੀਂ ਗੁਰੂ ਘਰ ਆ ਰਹੇ ਹਾਂ ਤੇ ਗੁਰੂ ਘਰ ਵਿੱਚ ਸਾਨੂੰ ਸਤਿਗੁਰਾਂ ਨੇ ਸਰਦਾਰੀ ਬਖਸ਼ਿਸ਼ ਕੀਤੀ ਆ। ਇਸ ਸਰਦਾਰੀ ਦੇ ਪਿੱਛੇ ਮਹਾਰਾਜ ਜੀ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਗੁਰੂ ਸਾਹਿਬਾਨ ਸਾਨੂੰ ਮਹਾਰਾਜ ਅੱਜ ਆਪਣੀ ਬਾਣੀ ਵਿੱਚ ਵੀ ਤੇ ਆਪਣੇ ਇਤਿਹਾਸ ਦੇ ਰਾਹੀਂ ਵੀ ਹਰ ਬੰਦੇ ਨੂੰ ਮਹਾਰਾਜ ਜੀ ਇਸ ਗੱਲੋਂ ਅਵੇਅਰ ਕਰਾਉਂਦੇ ਆ ਵੀ ਹਰ ਬੰਦੇ ਨੂੰ ਆਪਣੇ ਕੇਸਾਂ ਦਾ ਜਿਹੜਾ ਉਹ ਜ਼ਰੂਰ ਸਤਿਕਾਰ ਕਰਨਾ ਚਾਹੀਦਾ, ਕੇਸ ਰੱਖਣੇ ਚਾਹੀਦੇ ਆ। ਹੁਣ ਮਾਰਕੀਟ ਦੇ ਵਿੱਚ ਤਾਂ ਬਣੀਆਂ ਬਣਾਈਆਂ ਜਿਹੜੀਆਂ ਨੇ ਉਹ ਦਸਤਾਰਾਂ ਵੀ ਆਈਆਂ ਹੋਈਆਂ ਨੇ। ਕਈ ਤੁਸੀਂ ਦੇਖੇ ਹੋਣਗੇ ਸੱਜਣ ਜਿਹੜੇ ਆ ਉਹ ਬਣੀਆਂ ਬਣਾਈਆਂ ਟੋਪੀ ਨੁਮਾ ਜਿਹੜੀਆਂ ਦਸਤਾਰਾਂ ਸਿਰ 'ਤੇ ਰੱਖ ਲੈਂਦੇ ਆ। ਇਹ ਵੀ ਸੰਗਤ ਜੀ ਗੁਰਮਤ ਦਾ ਕੰਸੈਪਟ ਨਹੀਂ ਆ। ਜਿਹੜਾ ਸਿੱਖ ਆ ਜਿਹਨੇ ਕੇਸ ਰੱਖੇ ਹੋਏ ਆ, ਇੱਕ ਤਾਂ ਉਹ ਮਿੰਡੀਆਂ ਗੁੰਦ ਕੇ ਟੋਪੀ ਨਾ ਸਿਰ 'ਤੇ ਰੱਖੇ, ਦੂਜਾ ਜਿਹੜੀ ਬਣੀ ਬਣਾਈ ਦਸਤਾਰ ਆ ਉਹ ਵੀ ਉਹਨੂੰ ਸਿਰ 'ਤੇ ਨਹੀਂ ਰੱਖਣੀ ਚਾਹੀਦੀ। ਹਮੇਸ਼ਾ ਇਸ ਢੰਗ ਤਰੀਕੇ ਦੇ ਨਾਲ ਇੱਕ ਇੱਕ ਪੇਚ ਲਗਾ ਕੇ ਦਸਤਾਰ ਬੰਨ੍ਹਣੀ ਚਾਹੀਦੀ ਆ। ਜਿਹੜੇ ਮੇਰੇ ਵੀਰ ਸੱਜਣ ਜਿਹੜੇ ਸਿਰ ਤੋਂ ਮੋਨੇ ਆ ਉਹ ਵੀ ਟੋਪੀ ਰੱਖ ਕੇ ਨਾ ਆਉਣ।
ਜੇ ਹੋ ਸਕੇ ਤਾਂ ਸਿਰ ਦੇ ਉੱਤੇ ਪਟਕਾ, ਛੋਟਾ ਪਟਕਾ ਬੰਨ ਕੇ, ਛੋਟੀ ਕੇਸਕੀ ਬੰਨ ਕੇ ਉਹ ਸਜਾ ਕੇ ਗੁਰੂ ਘਰ ਵਿੱਚ ਆਉਣਾ। ਸਿਰ 'ਤੇ ਟੋਪੀ ਰੱਖਣੀ ਇਹ ਗੁਰਮਤ ਦਾ ਵਿਧਾਨ ਨਹੀਂ ਆ। ਇੱਕ ਗੱਲ ਹੋਰ, ਜਿਹੜਾ ਪਹਿਰਾਵਾ ਹੈ, ਹਾਲਾਂਕਿ ਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਕਈ ਸੌ ਸਾਲ ਪਹਿਲਾਂ ਹੀ ਸਾਨੂੰ ਇਹ ਗੱਲਾਂ ਦੱਸੀਆਂ ਨੇ ਵੀ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ, ਗੁਰੂ ਨਾਨਕ ਸਾਹਿਬ ਦੀ ਬਾਣੀ ਆ। ਵਾਊ ਸੰਦੇ ਕੱਪੜੇ ਪਹਿਰੈ ਗਰਭ ਗਵਾਰ, ਨਾਨਕ ਨਾਲ ਨਾ ਚੱਲਈ ਜਲ ਬਲ ਹੋਏ ਸ਼ਾਰ। ਮਹਾਰਾਜ ਦੀ ਬਾਣੀ ਵਿੱਚ ਸਾਨੂੰ ਪਹਿਰਾਵੇ ਬਾਰੇ ਸੁਚੇਤ ਕੀਤਾ ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਵੀ ਇਸ ਢੰਗ ਤਰੀਕੇ ਦਾ ਪਹਿਰਾਵਾ ਅਸੀਂ ਪਹਿਨ ਕੇ ਆਈਏ। ਇੱਕ ਤਾਂ ਉਹਦੇ ਵਿੱਚ ਅਸੀਂ ਕੰਫਰਟੇਬਲ ਫੀਲ ਕਰੀਏ ਜਦੋਂ ਅਸੀਂ ਮਹਾਰਾਜ ਦੀ ਹਜ਼ੂਰੀ 'ਚ ਬੈਠਣਾ ਹੈ, ਅਤੇ ਇੱਕ ਤਾਂ ਉਹਦੇ ਵਿੱਚੋਂ ਬੇਸ਼ਰਮੀ ਦੀਆਂ ਹੱਦਾਂ ਨਾ ਪਾਰ ਹੋਣ। ਸੋ ਇਸ ਵਾਸਤੇ ਜਿਹੜਾ ਪਹਿਰਾਵਾ ਹੈ ਉਸ ਢੰਗ ਦਾ ਭਾਈ ਪਹਿਨੋ, ਜਿਹੜਾ ਪਹਿਰਾਵਾ ਜਿਹੜਾ ਇੱਕ ਤਾਂ ਇਸ ਢੰਗ ਤਰੀਕੇ ਨਾਲ ਨਾ ਹੋਵੇ ਵੀ ਦੇਖਣ ਵਾਲੇ ਦੇ ਮਨ 'ਚ ਵੀ ਵਿਕਾਰ ਪੈਦਾ ਹੋ ਜਾਣ, ਅਤੇ ਦੂਜਾ ਆਪਣੇ ਆਪ ਦੇ ਵਿੱਚ ਵੀ ਇਹ ਜਿਹੜੀ ਆ ਸ਼ਰਮ ਮਹਿਸੂਸ ਹੋਵੇ। ਮੈਂ ਤਾਂ ਕਈ ਵਾਰ ਕਈ ਸੱਜਣਾਂ ਨੂੰ ਇੰਝ ਵੀ ਬੇਨਤੀ ਕਰਦਾ ਹੁੰਦਾ ਵੀ ਦੇਖੋ, ਹਰ ਇੱਕ ਜਗ੍ਹਾ ਦਾ ਇੱਕ ਡਰੈਸ ਕੋਡ ਹੁੰਦਾ। ਸਕੂਲ ਵਿੱਚ ਬੱਚੇ ਜਾਂਦੇ ਆ, ਉਹਨਾਂ ਦਾ ਇੱਕ ਆਪਣਾ ਡਰੈਸ ਕੋਡ ਆ। ਆਫਿਸ ਦੇ ਵਿੱਚ ਕੰਮ ਕਰਨ ਵਾਲੇ ਸੱਜਣਾਂ ਦਾ ਆਪਣਾ ਇੱਕ ਡਰੈਸ ਕੋਡ ਆ। ਫਿਰ ਜਿਹੜੇ ਸਰਕਾਰੀ ਦਫ਼ਤਰਾਂ 'ਚ ਕੰਮ ਕਰਦੇ ਆ ਜਾਂ ਮਿਲਟਰੀ ਵਿੱਚ ਕੋਈ ਕੰਮ ਕਰ ਰਿਹਾ, ਪੁਲਿਸ ਮਹਿਕਮੇ ਵਿੱਚ ਕੋਈ ਕੰਮ ਕਰ ਰਿਹਾ, ਕਿਸੇ ਵੀ ਤਰੀਕੇ ਢੰਗ ਤਰੀਕੇ ਨਾਲ ਆਪਾਂ ਕਹਿ ਲਈਏ ਕੋਈ ਵਕੀਲ ਆ, ਕੋਈ ਡਾਕਟਰ ਆ, ਹਰ ਇੱਕ ਦਾ ਆਪਣੋ ਆਪੋ ਆਪਣਾ ਇੱਕ ਡਰੈਸ ਕੋਡ ਆ। ਇਸੇ ਤਰ੍ਹਾਂ ਧਰਮ ਦੇ ਵਿੱਚ ਵੀ ਇੱਕ ਡਰੈਸ ਕੋਡ ਹੈ ਵੀ ਇਸ ਢੰਗ ਤਰੀਕੇ ਦਾ ਪਹਿਰਾਵਾ ਵੀ ਜਿਹੜਾ ਪਹਿਰਾਵਾ ਧਾਰਮਿਕ ਤੌਰ ਦੇ ਉੱਤੇ ਜਿਹੜਾ ਉਹ ਸਾਨੂੰ ਸ਼ਰਮ ਮਹਿਸੂਸ ਨਾ ਕਰਨ ਦੇਵੇ, ਉਹਦਾ ਅਹਿਸਾਸ ਨਾ ਸਾਡੇ ਮਨ ਵਿੱਚ ਪੈਦਾ ਹੋਣ ਦੇਵੇ। ਫਿਰ ਜਦੋਂ ਅਸੀਂ ਮਹਾਰਾਜ ਦੇ ਸਨਮੁਖ ਹਜ਼ੂਰੀ 'ਚ ਬੈਠੀਏ, ਚੌਂਕੜਾ ਮਾਰ ਕੇ ਉਹਦੇ ਵਿੱਚ ਆਪਣੇ ਆਪ 'ਚ ਅਸੀਂ ਕੰਫਰਟੇਬਲ ਫੀਲ ਕਰੀਏ। ਸੋ ਸਾਡਾ ਡਰੈਸ ਕੋਡ ਜਿਹੜਾ ਉਹ ਵੀ ਸਾਡੀ ਦਿੱਖ ਇਸ ਢੰਗ ਤਰੀਕੇ ਦੀ ਹੋਣੀ ਚਾਹੀਦੀ ਆ ਵੀ ਕਿਉਂਕਿ ਸੰਗਤ ਵਿੱਚ ਅਸੀਂ ਜਾਣਾ ਹੁੰਦਾ, ਸੰਗਤ ਵਿੱਚ ਬਹੁਤ ਤਰ੍ਹਾਂ ਦੇ ਸੱਜਣ ਭੈਣਾਂ ਵੀਰ ਉਹ ਸਾਰੇ ਬੈਠੇ ਹੁੰਦੇ ਆ, ਅਤੇ ਸੰਗਤ ਵਿੱਚ ਜਦੋਂ ਅਸੀਂ ਬੈਠੀਏ ਜਾ ਕੇ, ਅਤੇ ਨਾ ਸਾਨੂੰ ਆਪਣੇ ਆਪ 'ਚ ਕੋਈ ਸ਼ਰਮ ਮਹਿਸੂਸ ਹੋਵੇ, ਨਾ ਦੇਖਣ ਵਾਲੇ ਨੂੰ ਸ਼ਰਮ ਮਹਿਸੂਸ ਹੋਵੇ, ਵੱਡੇ ਬਜ਼ੁਰਗ ਵੀ ਸੰਗਤ ਵਿੱਚ ਆ ਕੇ ਬੈਠਦੇ ਆ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਡੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ, ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਅਤੇ ਉਹਨਾਂ ਦੇ ਸਨਮੁਖ ਜਦੋਂ ਅਸੀਂ ਬੈਠਣਾ ਹੈ ਅਤੇ ਅਸੀਂ ਚੰਗੇ ਡਰੈਸ ਕੋਡ ਵਿੱਚ ਬੈਠੀਏ। ਕਿਉਂਕਿ ਜਦੋਂ ਅਸੀਂ ਕਿਸੇ ਅਫਸਰ ਨੂੰ ਮਿਲਣ ਜਾਣਾ ਹੋਵੇ ਅਤੇ ਉੱਥੇ ਵੀ ਡਰੈਸ ਕੋਡ ਅਸੀਂ ਸਹੀ ਤਰੀਕੇ ਦਾ ਪਹਿਨ ਕੇ ਜਾਂਦੇ ਹਾਂ। ਸੋ ਪਹਿਰਾਵਾ ਇਸ ਢੰਗ ਤਰੀਕੇ ਦਾ ਪਹਿਨੀਏ, ਤਾਂ ਹੀ ਬਹੁਤ ਸਾਰੇ ਪ੍ਰਬੰਧਕਾਂ ਨੇ ਉਹ ਲਿਖ ਕੇ ਲਗਾਇਆ ਹੁੰਦਾ ਵੀ ਭਾਈ ਸਿਰ 'ਤੇ ਟੋਪੀ ਰੱਖ ਕੇ ਨਾ ਆਓ, ਇਹ ਸਾਡੇ ਅੰਦਰ ਆਲਸ ਦੀ ਨਿਸ਼ਾਨੀ ਆ। ਫਿਰ ਜਿਹੜਾ ਕੈਪਰੀ ਪਹਿਣ ਕੇ ਜਾਂ ਕੱਛੇ ਪਹਿਣ ਕੇ ਉਹ ਉਸ ਢੰਗ ਤਰੀਕੇ ਦਾ ਡਰੈਸ ਕੋਡ ਪਹਿਨ ਕੇ ਗੁਰੂ ਘਰ ਨਾ ਆਓ। ਸੋ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਅਸੀਂ ਚੇਂਜ ਕਰੀਏ। ਫਰੀਦਾ ਆਪ ਸਵਾਰੈ ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਸੋ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਚੰਗਾ ਲੱਗਾ ਹੋਵੇਗਾ, ਅਤੇ ਜੇ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।